ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿੱਠਾ ਜੀ ਵੱਡੀਆਂ ਖਬਰਾਂ ਲੈ ਕੇ ਇੱਕ ਵਾਰੀ ਫੇਰ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਹਾਂ ਯਕੀਨ ਕਰੋ ਕਿ ਇਹ ਬੜੇ ਬੜੇ ਪਲਾਨ ਜਿਹੜੇ ਨੇ ਇਹ ਇਲੈਕਸ਼ਨ ਦੇ ਬਾਰੇ ਇਹ ਕੀਤੇ ਜਾ ਰਹੇ ਨੇ ਇਹ ਕਿਸੇ ਵੀ ਸੂਰਤ ਇਹ ਜਿਹੜੀਆਂ ਲਾਬੀਆਂ ਬੈਠੀਆਂ ਨੇ ਭਾਰਤ ਤਰੀਕੇ ਇਨਸਾਫ ਦੀਆਂ ਭਾਰਤ ਤੇ ਚ ਇਸرائیਲ ਤੇ ਬ੍ਰਿਟਾਨੀਆ ਤੇ ਅਮਰੀਕਾ ਤੇ ਕਿਸੇ ਸੂਰਤ ਵੀ ਇਹਨਾਂ ਨੇ ਇਲੈਕਸ਼ਨ ਨੂੰ ਇਸ ਸਕੂਨ ਦੇ ਨਾਲ ਨਹੀਂ ਹੋਣ ਦੇਣਾ ਔਰ ਅਸੀਂ ਕਈ ਵੀਡੀਓ ਇਹਦੇ ਉੱਤੇ ਬਣਾ ਚੁੱਕੇ ਹਾਂ ਇਸ ਤੋਂ ਪਹਿਲੀ ਵੀਡੀਓ ਵਿੱਚ ਵੀ ਬੜੀ ਤਫਸੀਲ ਅਸੀਂ ਦੱਸ ਚੁੱਕੇ ਹਾਂ ਕਿ ਸਰ ਜੀ ਧਿਆਨ ਕਰ ਲਓ ਰੰਦਾ ਤੇਜ਼ ਕਰ ਲਓ ਦੁਸ਼ਮਣ ਮੌਜੂਦ ਅੰਦਰ ਤੇ ਬਾਹਰ ਤੇ ਬੜੀ ਬੜੀ ਸਾਜ਼ਿਸ਼ ਜਿਹੜੀ ਹੈ ਉਹ ਪਾਕਿਸਤਾਨ ਦੇ ਖਿਲਾਫ ਕੀਤੀ ਜਾ ਰਹੀ ਹੈ ਏ ਹੁਣ ਜਨਾਬ ਖਬਰਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਲੈ ਕੇ ਮਿੱਠਾ ਜੀ ਹਾਜ਼ਰ ਹੋਇਆ ਹਾਂ ਯਕੀਨ ਕਰੋ ਕਿ ਬੜੇ ਅਜੀਬ ਮਾਮਲੇ ਨੇ ਬੰਦਾ ਸ਼ੁਰੂ ਕਿੱਥੋਂ ਕਰੇ ਤੇ ਖਤਮ ਕਿੱਥੋਂ ਕਰੇ ਜਿਵੇਂ ਜਿਵੇਂ ਇਲੈਕਸ਼ਨ ਕਰੀਬ ਆ ਰਿਹਾ ਹੈ ਓਵੇਂ ਹੋਵੇਂ ਖਾਤਾ ਜਿਹੜਾ ਨਾ ਉਹ ਵੱਧਦਾ ਜਾ ਰਿਹਾ ਔਰ ਰਹਿਤਾ ਵੀ ਖਿੱਲਰਦਾ ਜਾ ਰਿਹਾ ਖਬਰਾਂ ਜਿਹੜੀਆਂ ਨੇ ਸਰਕਾਰ ਪੀਰਨੀ ਔਰ ਮੁਰਾਦ ਸੈਦ ਦੀ ਆਡੀਓ ਸਭ ਕੁਝ ਵੜ ਗਿਆ ਇਹ ਕੀ ਮਾਮਲਾ ਇਹ ਦੱਸਨੇ ਫੌਜ ਤੇ ਹਮਲਾ ਕੇਸ ਕੁਰੈਸ਼ੀ ਗ੍ਰਿਫਤਾਰ ਕਿਸੇ ਨੂੰ ਮਾਫੀ ਨਹੀਂ ਮਿਲਣੀ ਇਹ ਕੀ ਮਾਮਲਾ ਇਹ ਦੱਸਨੇ ਠੋਕਾ ਠਕਾਈ ਕੇਸ ਵੀ ਸ਼ੁਰੂ 라ਵਲਪਿੰਡੀ ਤੋਂ ਗੰਦਾ ਯੁੱਥਿਆ ਬਾਜ਼ਿਆਬ ਇਹ ਕੀ ਮਾਮਲਾਤ ਨੇ ਇਹ ਮੈਂ ਤੁਹਾਡੇ گوشਗੁਜ਼ਾਰ ਕਰਨਾ ਚਾਹਨਾ ਇਹ ਅਸੀਂ ਤੁਹਾਨੂੰ ਦੱਸਿਆ ਕਿ ਪੇਦਨੀ ਜਿਹੜੀ ਆ ਉਹ ਨਾ ਵਸਦੀ ਐ ਪਈ ਤੇ ਨਾ ਮਤਲਬ ਨਹੀਂ ਵਸਦੀ ਪਈ ਬੜੀਆਂ ਸਫਾਰਸ਼ਾਂ ਔਰ ਤਰਲੇ ਮੰਤਾਂ ਵੀ ਕਰਦੀ ਪਈਏ ਲੇਕਿਨ ਜਾਨ ਛੁੱਟਦੀ ਨਹੀਂ ਸੁਪਈਓ ਕਿਉਂ ਨਹੀਂ ਪਛੁੱਟਦੀ ਉਹ ਮੈਂ ਤੁਹਾਨੂੰ ਇਸ ਕਿਉਂਕਿ ਆਖਰੀ ਮਰਾਹਲ ਔਨ ਪੀਰਨੀ ਦੇ ਵਿੱਚ ਚੱਲ ਪੈਣਾ ਅਸੀਂ ਜਨਾਬ ਇੱਥੋਂ ਸ਼ੁਰੂ ਕਰਨੇ ਆ ਪੀਰਨੀ ਤੋਂ ਠੋਕਾ ਠਕਾਈ ਕੇਸ ਸ਼ੁਰੂ ਪੀਰਨੀ ਔਰ ਨਿਆਜ਼ੀ ਵੜ ਗਏ ਇਹ ਔਨ ਠੋਕਾ ਠਕਾਈ ਕੇਸ ਜਿਹੜਾ ਇਹ ਪਹਿਲੇ ਤੇ ਸੀ ਨਾ ਇੱਦਤ ਵਾਲਾ ਕੇਸ ਉਹ ਇੱਦਤ ਵਾਲਾ ਕੇਸ ਜਿਹੜਾ ਉਹਦੀ ਦਰਹਾਸਤ ਵਾਪਸ ਹੋ ਗਈ ਤੇ ਉਸ ਤੋਂ ਬਾਅਦ ਨਵਾਂ ਕੇਸ ਖਾਵਰ ਮਨੇਕਾ ਨੇ ਆਪਣੀ ਹੱਥੀਂ ਦਾਇਰ ਕਰ ਦਿੱਤਾ ਹਦੂਦ ਵਾਲਾ ਕੇਸ ਹੁਣ ਯੂਥੀਏ ਨੂੰ ਕੀ ਪਤਾ ਕਿ ਹਦੂਦ ਕੀ ਹੈ ਉਹਨਾਂ ਦੀ ਤੇ ਕੋਈ ਹਦੂਦ ਹੀ ਨਹੀਂ ਨਾ ਉਹ ਉਹਨਾਂ ਦੇ ਉਹਨਾਂ ਵਾਸਤੇ ਤੇ ਬੱਦ ਠੋਕਾ ਠਕਾਈ ਆ ਬਈ ਮਤਲਬ ਘਰਦਿਆਂ ਦੇ ਸਾਹਮਣੇ ਵੀ ਉਹਨਾਂ ਖਿੱਚੀ ਜਾਣੀ ਬੋਕੀ ਉਹਨਾਂ ਨੂੰ ਕੋਈ ਹਦੂਦ ਦਾਨੀ ਪਤਾ ਤੇ ਨਾ ਹੀ ਉਹਨਾਂ ਦਾ ਕੋਈ ਹਦੂਦ ਅਰ ਬੈ ਠੀਕ ਹੋ ਗਿਆ ਨਾ ਬਈ ਇਹਨਾਂ ਦੀ ਗੰਦੀ نسل ਜਿਹੜੀ ਉਹ ਤਿਆਰ ਹੋ ਗਈ ਅੱਛਾ ਇੱਥੇ ਅਸੀਂ ਕਿ ਜਦੋਂ ਬਾਅਦ ਵਾ ਪੁੱਛਣੀ ਆ ਨਾ ਉਥੀਆਂ ਕੋਲ ਉਹ ਯਾਰ ਉਹ ਉਠੋਕੜ ਕਾਈ ਕੇਸ ਤੇ ਉਹਨੇ ਮਤਲਬ ਕੁੱਤੀ ਵਾਲਾ ਮਾਮਲਾ ਉਹਨੇ ਕਿ ਇਹ ਤੇ ਨਾਰਮਲ ਹੈ ਸਾਡੇ ਘਰਾਂ ਚ ਉਹ ਆਂਦਨੇ ਨਾਰਮਲ ਹੈ ਕੋਈ ਹੋਰ ਗੱਲ ਕਰੋ ਮਿੱਠਾ ਜੀ ਇਹ ਤੇ ਚਲਦੀਆਂ ਨੇ ਚੀਜ਼ਾਂ ਮੈਂ ਅਗਰ ਕੁੱਤੀ ਨਾਲ ਕਰ ਲਿਆ ਤੇ ਕੀ ਬਈ ਪਿਆਰ ਹੀ ਕੀਤਾ ਨਾ ਤੇ ਕਿਹੜੀ ਗੱਲ ਹੈ ਚੜਚਸਾ ਲੈ ਗਿਆ ਅਗਰ ਖਾਨ ਕੁੱਤੀ ਕੋਲੋਂ ਤੇ ਕਿਹੜਾ ਐਡਾ ਕੋ ਵੱਡੀ ਕੋ ਆਖਰ ਆ ਗਈ ਉਹਦਾ ਕਿ ਸਾਰੀ ਦੁਨੀਆ ਚ ਲੋਕੀ ਕਰਦੇ ਨੇ ਆਪਣਾ ਆਪਣਾ ਸਵਾਦ ਹੈ ਆਪਣੀ ਆਪਣੀ ਮਨਪਸੰਦ ਹੈ ਕੋਈ ਮੁੰਡਾ ਹੈ ਕੋਈ ਕੁੜੀ ਕੋਈ ਫਲਾਣਾ ਕੋ ਖਸਰਾ ਕੋਈ ਕੁੱਤੀ ਉਹ ਆਂਦੇ ਨੇ ਨਰਮਲ ਛੱਠਾ ਸਭ ਕੋਈ ਹੋਰ ਗੱਲ ਕਰ ਉਹ ਅਗਾ ਲੈ ਜਾਂਦੇ ਨੇ ਗੱਲ ਨੂੰ ਉਥੇ ਠਹਿਰਦੇ ਨਹੀਂ ਇੰਨਾ ਵਿਗੜ ਗਿਆ ਇਹ ਸਾਰਾ ਸੌਦਾ ਜਿਹੜਾ ਨਾ ਰਹਿ ਤਾ ਇੰਨਾ ਫੈਲ ਗਿਆ ਸ਼ਾ ਜੀ ਅੱਛਾ ਇੱਕ ਠੋਕਰ ਕਾ ਹੀ ਕੇਸ ਜਿਹੜਾ ਇਹ ਹੋਣ ਹੋ ਚੁੱਕਾ ਹੈ ਸ਼ੁਰੂ ਦੁਬਾਰਾ ਇਹਦੀ ਹੁਣ ਸਮਾਤ ਹੋਣੀ ਹੈ ਸਮਾਤ ਅੱਗੇ ਤੇ ਬਾਰੋਂ ਰਿਸ਼ਤੇ ਹੋਣ ਅਡੇਆਲਾ ਜੇਲ੍ਹ ਦੇ ਵਿੱਚ ਹੋਣੀ ਹੈ ਕਿਉਂਕਿ ਹੁਣ ਇੱਕ ਤੇ ਇਹ ਵੀ ਕਿ ਫਰਦੇ ਜੁਰਮ ਲਗਣੀ ਹੈ ਤੇ ਫਰਦੇ ਜੁਰਮ ਲੱਗਣ ਤੋਂ ਬਾਅਦ ਕਿਉਂਕਿ ਗਵਾਹ ਤੇ ਸਾਰੇ ਭੁੱਗ ਚੁੱਕੇ ਨੇ ਲਤੀਫ ਜਿਹੜਾ ਉਹ ਭੁੱਗ ਚੁੱਕਿਆ ਹੁਣ ਜਿਰਾ ਹੋਣੀ ਹੈ ਯਾਨੀ ਲਤੀਫ ਤੇ ਵੀ ਜਿਰਾ ਹੋਣੀ ਹੈ ਔਰ ਪੀਰਨੀ ਔਰ ਨਿਆਜ਼ੀ ਤੇ ਵੀ ਜਿਰਾ ਹੋਣੀ ਹੈ ਇਹਦੇ ਵਿੱਚ ਹਫਤਾ ਲੱਗੇ 10 ਦਿਨ ਲੱਗਣ 2 ਹਫਤੇ ਲੱਗਣ ਤੁਹਾਨੂੰ ਪਤਾ ਜਿੰਨਾ ਕੋ ਢਿਲਾ ਮਠਾ ਸਾਡਾ ਇਹ ਅਦਾਲਤਾਂ ਦਾ ਸਿਸਟਮ ਹੈ ਏ ਹੁਣ ਕੇਸ ਜਿਹੜਾ ਇਹ ਵੀ ਜਾਂਦਾ ਪਿਆ ਆਖਰੀ ਮਰਾਹਲਾ ਲਾ ਅਠੋ ਘਟਕਾਈ ਕੇਸ ਇਹ ਹਦੂਦ ਵਾਲਾ ਇੱਦਤ ਤੇ ਵਿੱਚ ਸ਼ਿੱਦਤ ਵਾਲਾ ਇਹਦੇ ਵਾਸਤੇ ਤੇ ਪੀਰਨੀ ਕਿਸੇ ਦਫਤਰ ਦੇ ਵਿੱਚ ਗਈ ਤੇ ਜਾ ਕੇ ਮਿਲੀ ਹੈ ਨਾ ਕਿ ਮੈਨੂੰ ਲਤੀਫ ਕੋਲੋਂ ਬਚਾਓ ਤੇ ਇਹ ਹੁਣ ਮੇਰੇ ਖਿਆਲ ਨਾਲ 2 ਜਾਂ 3 ਦਿਨ ਬਾਅਦ ਅੜਿਆਲਾ ਜੇਲ੍ਹ ਦੇ ਵਿੱਚ ਇਹਦੀ ਸੁਣਵਾਈ ਹੋਣੀ ਔਰ ਉਹਦੇ ਵਿੱਚ ਖਾਬਰ ਮਨੇਕਾ ਦੇ ਵਕੀਲ ਜਿਹੜੇ ਨੇ ਉਹ ਪੀਰਨੀ ਔਰ ਨਿਆਜ਼ੀ ਕੋਲੋਂ ਜਿਰਾ ਕਰਨ ਦੇ ਔਰ ਉਹਨਾਂ ਦੇ ਵਕੀਲ ਜਿਹੜੇ ਨੇ ਉਹ ਲਤੀਫ ਭਾ ਕੋਲੋਂ ਤੇ ਆਪਣਾ ਮੁਫਤੀ ਸੈਦ ਕੋਲੋਂ ਤੇ ਆਪਣਾ ਆਉਣ ਚੌਧਰੀ ਕੋਲੋਂ ਔਰ ਖਾਵਰ ਮਨੇਕਾ ਕੋਲੋਂ ਕਰਨਗੇ ਜਿਰਾ ਤੇ ਜਿਰਾ ਜਿਹੜੀ ਉਹ ਹਫਤਾ ਚੱਲੇ 10 ਦਿਨ ਚੱਲੇ ਤੇ ਉਸ ਤੋਂ ਬਾਅਦ ਫੈਸਲਾ ਜਿਹੜਾ ਉਹ ਮਹਫੂਜ਼ ਹੋ ਜਾਣਾ ਔਰ ਸਾਰੇ ਸਵਾਲਾਤ ਉਥੇ ਪੀਰਨੀ ਕੋਲੋਂ ਪੁੱਛੇ ਜਾਣਗੇ ਬੈ ਤੂੰ ਕਦੋਂ ਮਿਲੀ ਕਿੱਥੇ ਮਿਲੀ ਕਿੰਨੇ ਫੋਨ ਨੰਬਰ ਦਿੱਤਾ ਪਹਿਲੇ ਕਿੱਥੇ ਕੀਤਾ ਫਿਰ ਕਿੱਥੇ ਕੀਤਾ ਫਿਰ ਨਿਆਇ ਜੀ ਕੋਲ ਪੁੱਛਿਆ ਜਾਏਗਾ ਪਹਿਲੇ ਤੂੰ ਕਿੱਥੇ ਕੀਤਾ ਕਿੱਥੇ ਲੈ ਕੇ ਗਿਆ ਹੋਟਲੇ ਚ ਅੱਗੇ ਪਿੱਛੇ ਸਾਰੀਆਂ ਚੀਜ਼ਾਂ ਫਿਰ ਨਾਲ ਚਲਣੀਆਂ ਨੇ ਇਹ ਸ਼ਰੀ ਸਵਾਲਾਤ ਨੇ ਇਹ ਹਦੂਦ ਦੇ ਕੇਸ ਚ ਪੁੱਛੇ ਜਾਣੇ ਨੇ ਤੇ ਇਹ ਇਹ ਕੇਸ ਦੇ ਵਿੱਚ ਵੀ 5 ਸਾਲ ਦੀ ਸਜ਼ਾ ਹੈ ਤੇ ਇਹ 5 ਸਾਲ ਦੀ ਹੀ ਨਾਹਲੀ ਹੈ ਤੇ ਇਹ ਤੀਸਰਾ ਕੇਸ ਹੈ ਜਿਹਦੇ ਵਿੱਚ ਨਾਹਲੀ ਹੋਣੀ ਤੋਸ਼ਖਾਨਾ ਚ ਅੱਗੇ ਹੋ ਚੁੱਕੀ ਦੂਸਰਾ ਤੋਹਿੰਨੇ ਇਲੈਕਸ਼ਨ ਕਮਿਸ਼ਨ ਉਹਦੇ ਚ 5 ਸਾਲ ਦੀ ਨਾਹਲੀ ਹੋਣੀ ਇਹ ਉਹ ਤੀਸਰਾ ਠੋਕਠਕਾਈ ਵਾਲਾ ਕੇਸ ਹੈ ਇਹਦੇ ਚ ਵੀ 5 ਸਾਲ ਆਸਦੀ ਨਾ ਅਹਲੀ ਹੋਣੀ ਹੈ ਔਰ ਅਗਰ ਪੀਰਨੀ ਪਲਟਾ ਖਾ ਗਈ ਤੇ ਫਿਰ ਨਿਆਜ਼ੀ ਕੱਲਾ ਜਿਹੜਾ ਉਹ ਫਸ ਜਾਏਗਾ ਅੱਗੇ ਤੁਸੀਂ ਆਜੋ ਜੀ 라ਵਲ ਪਿੰਡੀ ਤੋਂ ਗੰਦਾ ਯੂਥੀਆ ਬਾਜ਼ਿਆਬ ਇਹ ਉਹ 라ਵਲ ਪਿੰਡੀ ਦਾ ਇੱਕ ਬੜਾ ਗੰਦਾ ਔਰ ਬਦਬੂਦਾਰ ਯੂਥੀਆ ਸੀ ਤੇ ਬੁੱਢੜਾ ਔਰ ਇੱਕ ਵੀ ਕੰਮ ਉਹਦਾ ਚੰਗਾ ਨਹੀਂ ਇਹ ਇੰਤਹਾਹ ਦਰਜੇ ਦਾ ਬੇਈਮਾਨ ਔਰ ਗਲਤਕਾਰ ਔਰ ਤੁਸੀਂ ਕਹਿ ਲਓ ਕਿ ਨੌ ਸਰਬਾਜ਼ ਔਰ ਲੱਥਾ ਆਦਮੀ ਜਿਹਦਾ ਨਾਮ ਰਾਜਾ ਬਿਸ਼ਾਰਤ ਇੱਕ ਹੋਰ ਕਮਾਂਡਰ ਹਾਊਸ ਤੇ ਹਮਲਿਆਂ ਦੇ ਵਿੱਚ ਪੇਸ਼ ਪੇਸ਼ ਸੀ ਔਰ ਇਹਨੇ ਬਹੁਤ ਸਾਰੇ ਲੋਕਾਂ ਨੂੰ ਮੈਸੇਜ ਕਰਕੇ ਉੱਥੇ ਕਹ ਲਿਆ ਕਿ ਜਾ ਕੇ ਇਟ ਨਾਲ ਇਟ ਵਜਾ ਦਿਓ ਕੋਰ ਕਮਾਂਡਰ ਹਾਊਸ ਦੀ ਠੀਕ ਹੋ ਗਿਆ ਜੀ ਇਹ ਇੱਕ ਸ਼ਰਪਸੰਦਾਂ ਦੇ ਵਿੱਚੋਂ ਇੱਕ ਵੱਡਾ ਸ਼ਰਪਸੰਦ ਸੀ ਇਹਦੀ ਹੁਣ ਜਿਹੜਾ ਨਾ ਲੋਕੇਸ਼ਨ ਦਾ ਪਤਾ ਲੱਗ ਗਿਆ ਬਾਜ਼ਿਆਬ ਇਹ ਹੋ ਗਿਆ ਅਚਾਨਕ ਹੀ ਯਾਰੀ ਗੱਲ ਹੈ ਇਲੈਕਸ਼ਨ ਦਾ ਦੌਰ ਦੌਰਾਂ ਤੇ اچانک ਹੀ ਇਹਦਾ ਵਕੀਲ ਜਿਹੜਾ ਉਹ 라ਵਲਪਿੰਡੀ ਦੀ ਅਦਾਲਤ ਦੇ ਵਿੱਚ ਪਹੁੰਚ ਜਾਂਦਾ ਤੇ ਉੱਥੇ ਜਾ ਕੇ ਇੱਕ ਦਰਹਾਸ ਤੇ ਜੰਦਾ ਹੈ ਰਾਜਾ ਬਿਸ਼ਾਰਤ ਦੇ ਨਾਮ ਦੀ ਕਿ ਰਾਜਾ ਬਿਸ਼ਾਰਤ ਸਾਹਿਬ ਜਿਹੜੇ ਨੇ ਉਹ ਅਦਾਲਤ ਦੇ ਵਿੱਚ ਪੇਸ਼ ਹੋਣਾ ਚਾਹੁੰਦੇ ਨੇ ਤੇ ਉਹ ਪੁੱਛਣਾ ਚਾਹੁੰਦੇ ਨੇ ਕਿ ਇਹ ਮੇਰੇ ਤੇ ਪੰਜਾਬ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਕੁੱਲ ਕਿੰਨੇ ਮੁਕੱਦਮੇ ਨੇ ਜਦ ਇਹ ਗੱਲ ਜਦ ਮੁਕੱਦਮਿਆਂ ਦਾ ਪਤਾ ਲੱਗੇਗਾ ਤੇ ਉਹ ਫਿਰ ਹਫਾਜ਼ਤੀ ਜ਼ਮਾਨਤ ਆਸਤੇ ਉਹਨਾਂ ਉਹਨਾਂ ਜਗ੍ਹਾ ਤੇ ਜਾ ਕੇ ਅਪਲਾਈ ਕਰੇਗਾ ਨਾ ਜਾਂ ਕਿਸੇ ਵੱਡੀ ਅਦਾਲਤ ਤੇ ਕਿ ਮੈਂ ਪੇਸ਼ ਹੋਣਾ ਚਾਹਾਂ ਤੇ ਮੈਂ ਉਹਦੇ ਜ਼ਰੀ ਗੱਲ ਕਾਗਜ਼ਾਤ ਤੇ ਨਾਮਜ਼ਦਗੀ ਵੀ ਤੇ ਜਮ੍ਹਾਂ ਹੋ ਹੀ ਗਏ ਹੋਣਗੇ ਨਾ ਠੀਕ ਹੋ ਗਿਆ ਨਾ ਜੀ ਤੇ ਉਹ ਉਹਦੇ ਆਸਤੇ ਫਿਰ ਉਹਨੂੰ ਪੇਸ਼ ਹੋਣਾ ਪਏਗਾ ਪੇਸ਼ ਹੋਣ ਤੋਂ ਬਾਅਦ ਫਿਰ ਉਹ ਪਤਾ ਨਹੀਂ ਗ੍ਰਿਫਤਾਰ ਹੁੰਦਾ ਹੈ ਜ਼ਰੀ ਗੱਲ 9 ਮਈ ਨੂੰ ਮਲਵਿਸ ਤੇ ਗ੍ਰਿਫਤਾਰੀ ਹੁੰਨ ਕਿੱਥੇ ਉਹਨੇ ਜਾਣਾ ਹੈ ਮਤਲਬ ਕਿੱਥੇ ਜਾ ਸਕਦਾ ਕਿਧਰੇ ਵੀ ਨਹੀਂ ਜਾਣਾ ਤੇ ਇਹ ਰਾਜਾ ਬਿਸ਼ਾਰਤ ਜਿਹੜਾ ਹੈ ਇਹ ਰੂਪੋਜ ਸੀ 9 ਮਈ ਤੋਂ ਬਾਅਦ ਮਲਵਿਸ ਦੇ ਬਜ਼ਾਤੇ ਖੁਦ ਫੌਜ ਤੇ ਹਮਲਿਆਂ ਦੇ ਤੇ ਇਹਦੇ ਵਕੀਲ ਨੇ ਅਦਾਲਤ ਅਗੋ ਫਿਰ ਅਦਾਲਤ ਨੇ ਹੁਕਮ ਜਾਰੀ ਕਰ ਦਿੱਤਾ ਆਈਜੀ ਪੁਲਿਸ ਨੂੰ ਤੇ ਸਾਰਿਆਂ ਨੂੰ ਕਿ ਬਈ ਦੱਸੋ ਇਹਦੇ ਕਿੰਨੇ ਮੁਕਤਮਾਤ ਨੇ ਤੇ ਉਹ ਦਿਹਾੜੀ ਅੱਧੀ ਚ ਪਤਾ ਲੱਗ ਜਾਏਗਾ ਤੇ ਉਸ ਤੋਂ ਬਾਅਦ ਇਹ ਯੂਥੀਆ ਜਿਹੜਾ ਇਹ ਬਾਜ਼ਿਆਬ ਤੇ ਹੋ ਗਿਆ ਇਹ ਫਿਰ ਬਕਾਇਦਗੀ ਦੇ ਨਾਲ ਅਦਾਲਤ ਚ ਆਏਗਾ ਔਰ ਪਤਾ ਨਹੀਂ ਫਿਰ ਅਦਾਲਤ ਪਹੁੰਚਣ ਤੱਕ ਗ੍ਰਿਫਤਾਰ ਹੋ ਜਾਂਦਾ ਹੈ ਜਾਂ ਅਦਾਲਤੋਂ ਨਿਕਲਦਿਆਂ ਗ੍ਰਿਫਤਾਰ ਹੁੰਦਾ ਹੈ ਇਹ ਤੇ ਜਦੋਂ ਫਿਰ ਆਏਗਾ ਤੇ ਫਿਰ ਹੀ ਪਤਾ ਲੱਗੇਗਾ ਤੇ ਇਹ ਰਾਵਲਪਿੰਡੀ ਦਾ ਗੰਦਾ ਯੂਥੀਆ ਜਿਹੜਾ ਇਹ ਵੀ ਆਪਣਾ ਬਾਜ਼ਿਆਬ ਹੋ ਗਿਆ ਜੀ ਅੱਗੇ ਸਰਕਾਰ ਆਜੋ ਫੌਜ ਤੇ ਹਮਲੇ ਕੁਰੇਸ਼ੀ ਗ੍ਰਿਫਤਾਰ ਤੇ ਮਾਫੀ ਨਹੀਂ ਮਿਲੇਗੀ ਸ਼ਾਹ ਮਹਮੂਦ ਕੁਰੇਸ਼ੀ ਕੱਲ ਚੌਂ ਗੇਟਾਂ ਤੋਂ ਟੱਪ ਕੇ ਨਸਨ ਦੀ ਕੋਸ਼ਿਸ਼ ਕੀਤੀ ਜਿਵੇਂ ਛਪਕਲੀਆਂ ਨਹੀਂ ਚੜਦੀਆਂ ਉਹ ਤਾਂ ਇਸ ਤਰ੍ਹਾਂ ਨੇ ਅੰਚੜਨ ਦੀ ਕੋਸ਼ਿਸ਼ ਕੀਤੀ ਹੈ ਉੱਤੇ ਗੇਟਾਂ ਤੋਂ ਕਿ ਮੈਂ ਛੜ ਮਾਰ ਕੇ ਪਰਾਂ ਖੇਤਾਂ 'ਚ ਨਸ ਜਾ ਠੀਕ ਹੋ ਗਿਆ ਲੇਕਿਨ ਯਾਹੀਂ ਥੋੜਾ ਜਿਹਾ ਉਧਾਂ ਜਾਂਦਾ ਸੀ ਮੁੰਡੇ ਲਤ ਖਿੱਚ ਕੇ ਥੱਲੇ ਲੈ ਆਉਂਦੇ ਸੀ ਫਿਰ ਦੂਸਰੇ ਗੇਟਲ ਪੈਦਾ ਸੀ ਕਿ ਉਧਰੋਂ ਨਸੇ ਕਿਉਂਕਿ ਬਾਹਰ ਪੁਲਿਸ ਘਲੋਤੀ ਸੀ ਉਹਨਾਂ ਦੇ ਕੋਲ ਮਤਲਬ ਕਿ ਸਾਰਾ ਸਾਫਤਾਬ ਸੀ ਪੁਲਸ ਵਾਲਿਆਂ ਕੋਲ ਸੁਪਰੀਮ ਕੋਰਟ ਤੋਂ ਜ਼ਮਾਨਤ ਲੈ ਕੇ ਇੰਝ ਸਮਝ ਬੈਠਾ ਸੀ ਵਾ ਜਿਵੇਂ ਸੁਪਰੀਮ ਕੋਰਟ ਨੇ ਮੇਰੀ ਜ਼ਮਾਨਤ ਦੇ ਦਿੱਤੀ ਹੈ ਤੇ ਮੈਨੂੰ ਹੁਣ ਕਿਸੇ ਮੁਕਦਮੇ 'ਚ ਕਿਸੇ ਗ੍ਰਿਫਤਾਰ ਨਹੀਂ ਕਰਨਾ ਸ਼ਾਜੀ ਇਸ ਤਰ੍ਹਾਂ ਨਹੀਂ ਹੁੰਦਾ ਤੁਹਾਨੂੰ ਜਿਹੜੀ ਜ਼ਮਾਨਤ ਮਿਲੀ ਉਹ ਸਾਈਫਰ ਕੇਸ 'ਚ ਮਿਲੀ ਹੋਰ ਕਿਸੇ ਕੇਸ 'ਚ ਨਹੀਂ ਮਿਲੀ ਠੀਕ ਹੋ ਗਿਆ ਨਾ ਜੀ ਇਹ ਹੁਣ ਜਨਾਬ ਦੋ ਮੁਕਦਮਾਤ ਨੇ ਸ਼ਾ ਮਮੂਦ ਗੁਰੀਸ਼ੀ ਦੇ ਉੱਤੇ ਫੌਜ ਦੇ ਉੱਤੇ ਹਮਲਿਆਂ ਦੇ ਜਿਨ੍ਹਾਂ ਦੇ ਵਿੱਚ ਇਹ ਮਲਬਸ ਹੈ ਔਰ ਇਹਦੀਆਂ ਵੀਡੀਓ ਵੀ ਮੌਜੂਦ ਨੇ ਇਹਦੇ ਮੈਸੇਜ ਵੀ ਮੌਜੂਦ ਨੇ ਇਹਦੇ ਟੈਕਸਟ ਮੈਸੇਜ ਵੀ ਮੌਜੂਦ ਨੇ ਇਹਦੇ ਵਾਇਸ ਮੈਸੇਜ ਵੀ ਮੌਜੂਦ ਨੇ ਜਿੱਥੇ ਜਿੱਥੇ ਇਹਨੇ ਕੀਤੇ ਨੇ 9 ਮਈ 10 ਮਈ 11 ਮਈ ਨੂੰ ਠੀਕ ਹੋ ਗਿਆ ਤੇ ਦੋ ਮੁਕਦਮਾਤ ਨੇ ਤੇ ਨਾਲ ਹੀ 라ਵਲ ਪਿੰਡੀ ਦਾ ਜਿਹੜਾ ਡਿਪਟੀ ਕਮਿਸ਼ਨਰ ਹੈ ਉਹਨੇ ਇਹਨੂੰ ਇਹਦੀ ਨਜ਼ਰਬੰਦੀ ਦਾ ਵੀ ਸਾਫਤਾ ਕਰ ਦਿੱਤਾ ਹੈ ਤੇ ਮੈਨੂੰ ਲੱਗਦਾ ਇਹ ਇਹ ਲੈ ਉਹ ਹੀ ਗਏ ਨੇ 9 ਮਈ ਵਾਲੇ ਚੱਕਰ ਦੇ ਵਿੱਚ ਹੀ ਤੇ 9 ਮਈ ਵਾਲੇ ਚੱਕਰ ਦੇ ਵਿੱਚ ਜਿਹੜਾ ਟੁਰ ਜਾਂਦਾ ਉਹ ਫਿਰ ਬਾਹਰ ਏਡੀ ਛੇਤੀ ਨਹੀਂ ਹੁੰਦਾ ਜਿਹੜੀ ਗੱਲ ਇਹਨੂੰ ਅਦਾਲਤ 'ਚ ਪੇਸ਼ ਕੀਤਾ ਜਾਏਗਾ ਉਹਦਾ ਰਿਮਾਂਡ ਲੈ ਆ ਜਾਏਗਾ ਜੀ ਭਾਈ ਇਹਦੇ ਤੇ ਆ ਦੋ ਮੁਕੱਦਮੇ ਨੇ ਤੇ ਜਰਾ ਰਿਮਾਂਡ ਦੇ ਦੇੋ ਜਸਮਾਨੀ ਰਿਮਾਂਡ ਬੜਾ ਤੈਨੂੰ ਸ਼ੌਕ ਹੈ ਨਾ ਜੇਲ੍ਹ ਦੀ ਦੁਆਰ ਟੱਪ ਕੇ ਨਸਣ ਦਾ ਤੇ ਉਹ ਰਿਮਾਂਡ ਮਿਲ ਜਾਏਗਾ ਤੇ ਉਸ ਤੋਂ ਬਾਅਦ ਫਿਰ ਠੋਕਾ ਠਕਾ ਹੀ ਹੋਏਗੀ ਤੇ ਫਿਰ ਗੱਲ ਅੱਗੇ ਜਿਵੇਂ ਯਾਸਮੀਨ ਰਾਸ਼ਦ ਅਰੀ ਤੇ ਸਨਮ ਜਵੇਦਾ ਤੇ आलिया ਹਮਜ਼ਾ ਆਤੇ ਮਮੂਦ ਰਸ਼ੀਦ ਅਰੀ ਤੇ ਪਤਾ ਨਹੀਂ ਕਿਹੜਾ ਕਿਹੜਾ ਕਿੱਥੇ ਕਿੱਥੇ ਪਿਆ ਤੇ ਹੋ ਸਕਦਾ ਇਹਨੂੰ ਉਸ ਜਗ੍ਹਾ ਤੇ ਲੈ ਜਾਣ ਜਿੱਥੇ ਹਸਾਨ Niazi ਹੈ ਬੇ ਨਾਂ ਟੋਲਾ ਹੋਸੀ ਤੇ ਨਾ ਰੌਲਾ ਪੋਸੀ ਇਸ ਵਾਸਤੇ ਕਿਸੇ ਨੂੰ ਵੀ ਮਾਫੀ ਨਹੀਂ ਅਗਰ ਕੋਈ ਸਮਝਾ ਨਾ ਕਿ ਉਹਨੇ ਫੇਸਬੁਕ ਤੇ 9 ਮਈ ਦੇ ਹਵਾਲੇ ਦੇ ਨਾਲ ਕੁਝ ਕੀਤਾ ਹੈ ਟਵਿੱਟਰ ਤੇ ਕੀਤਾ ਹੈ YouTube ਤੇ ਕੀਤਾ ਹੈ ਜਾਂ ਗਰਾਊਂਡ ਤੇ ਕੀਤਾ ਹੈ ਜਾਂ ਸੱਜੇ ਖਬੇ ਕੀਤਾ ਹੈ ਜਾਂ ਕੋਈ ਸਹਾਉਲਤਕਾਰੀ ਕੀਤੀ ਹੈ ਤੇ ਉਹ ਵੱਜ ਜਾਏਗਾ ਉਹ ਨਹੀਂ ਹੋ ਸਕਦਾ ਕਿਸੇ ਆਸ ਦੇ ਕੋਈ ਮਾਫੀ ਨਹੀਂ ਆ ਭਾਈ ਮਾਮਲਾ ਇੱਥੇ ਪਾਕਿਸਤਾਨ ਦਾ ਮਾਮਲਾ ਰਿਆਸਤੇ ਪਾਕਿਸਤਾਨ ਦਾ ਤੇ ਬਚਤ ਕਾ ਦੀ ਕਿਸੇ ਇਹ ਪਤਾ ਨਹੀਂ ਸ਼ਾਹਰਾ ਨੇ ਕਿਉਂ ਟਿਲਮਟ ਰੱਖੀ ਹੋਣ ਤੱਕ ਤੇ ਚਲੀ ਇਸਵੇਂ ਵੀ ਹੋ ਜਾਂਦੇ ਤੇ ਛਮਾਏ ਵੀ ਹੋ ਜਾਂਦੇ ਤੇ ਮਿਲਕਲ ਪੂਰਾ ਸਫਾਇਆ ਵੀ ਹੋ ਜਾਣਾ ਚਾਹੀਦਾ ਸੀ ਜਿਹੜਾ ਵੱਡਾ ਜੁਰਮ ਹੈ ਇਹ ਤੇ ਮਿਹਰਬਾਨੀ ਸ਼ਹਿਰਾਂ ਦੀ ਬੈ ਉਹਦਾ ਰਸਤਾ ਅਸਤਰ ਹੰਦਾ ਜਿਹੜਾ ਫੇਰ ਦਿਨ ਪੈ ਘੇਰ ਘੂਰ ਕੇ ਸਾਰੇ ਇਕੱਠੇ ਕਰਕੇ ਪਤਾ ਨਹੀਂ ਕਿਸੇ ਢੇੜੇ ਚ ਪਾ ਕੇਗਾ ਅਫਰੀਕਾ ਲੈ ਕੇ ਜਾਣੇ ਹੋਣਗੇ ਇਹ ਕੋਈ ਪਲਾਨ ਹੋਏਗਾ ਲੇਕਿਨ ਇਹ ਵੀ ਕਿ ਹੁਣ ਤੱਕ ਤੇ ਇਹਨਾਂ ਦੇ ਛਮਾਏ ਵੀ ਹੋ ਚੁੱਕੇ ਹੋਣੇ ਸੀ ਕਿ ਮਤਲਬ ਇੰਜ ਬਿਲਕੁਲ ਇੰਜ ਲੈਣਾ ਦੇ ਵਿੱਚ ਲਾ ਕੇ ਤੇ ਆਪਣਾ ਖਿੱਚੀ ਜਾਓ ਸਾਖਿਆ ਬੋਕੀ ਮੁੰਡਾ ਕਿ ਸਰਕਾਰਾਂ ਮਤਲਬ ਕਿ ਐਸੀ ਭੁੱਲ ਭਲਾ ਵੀ ਜਾਣਾ ਚਾਹੀਦਾ ਸੀ ਮਤਲਬ ਕਿ ਛਮਾਇਆ ਹੋ ਗਿਆ ਕਿਸੇ ਦਾ ਤ੍ਰੈ ਮਾਇਆ ਹੋ ਗਿਆ ਕਿਸੇ ਦਾ ਮਹੀਨਾ ਹੋ ਗਿਆ ਚੜ ਗਏ ਨੇ ਉਤਾ ਤੇ ਇਹ ਬੜੀ ਢਿਲਮਾਠੇ ਪਤਾ ਨਹੀਂ ਇਹ ਕਿਉਂ ਢਿਲਮਾਠ ਦਿੱਤੀ ਏ ਇਹ ਬਾਜ਼ ਦਫਾ ਸਾਨੂੰ ਅਫਸੋਸ ਵੀ ਹੁੰਦਾ ਕਿ ਅਸੀਂ ਇੰਨੀ ਕਮਜ਼ੋਰ ਰਿਆਸਤ ਆ ਤੇ ਬਰਹਰ ਕੁਰੀਸ਼ੀ ਜਿਹੜਾ ਹੈ 9 ਮਈ ਦੇ ਹਮਲਿਆਂ ਦੇ ਵਿੱਚ ਗ੍ਰਿਫਤਾਰ ਹੋ ਗਿਆ ਜੀ ਤੇ ਮੈਂ ਇਹ ਹੀ ਗੁਜ਼ਾਰਿਸ਼ ਕਰਾਂਗਾ ਸ਼ਾਹ ਜੀ ਕਿ ਇਹਨੂੰ ਹਸਾਨ ਨਿਆਜ਼ੀ ਦੇ ਕੋਲ ਲੈ ਜਾਓ ਇਹਨੂੰ ਵਿਦ ਰੱਖੋ ਹੀ ਨਾ ਉੱਧਰ ਹੀ ਲੈ ਜਾਓ ਬੰਨਾ ਟੋਲਾ ਹੋਸੀ ਤੇ ਨਾ ਰੋਲਾ ਪੋਸੀ ਠੀਕ ਹੋ ਗਿਆ ਨਾ ਕਿਉਂਕਿ ਨਿਆਜ਼ੀ ਨੂੰ ਵੀ ਤਾਂ ਤੁਸੀਂ ਉੱਥੇ ਹੀ ਖੜਨਾ ਨਾ ਉਹ ਦੂਜੇ ਹਫ਼ਤਿਆਂ ਬਾਅਦ ਇਹਨੂੰ ਪਹਿਲੋਂ ਹੀ ਲੈ ਜਾਓ ਉੱਥੇ ਜਾ ਕੇ ਸਕੂਨ ਕਰੇ ਤੇ ਇਹ ਗ੍ਰਿਫਤਾਰ ਹੋ ਗਿਆ ਫੌਜ ਦੇ ਹਮਲਿਆਂ ਦੇ ਕੇਸ ਦੇ ਵਿੱਚ ਤੇ ਵੇਖੋ ਕਿ ਹੁਣ ਅੱਗੋਂ ਉਹ ਜਿਹੜਾ ਆਰਡਰ ਹੈ ਡਿਪਟੀ ਕਮਿਸ਼ਨਰ ਦਾ ਉਹ ਕਿੰਨਾ ਕੁ ਚੱਲਦਾ ਹੈ ਜਾਂ ਕੋ ਅਦਾਲਤ ਕੀ ਕਹਿੰਦੀ ਹੈ ਜਾਂ ਸੁਪਰੀਮ ਕੋਰਟ ਜਾਂਦਾ ਹੈ ਉਹ ਜਾਂ ਕਿਸੇ ਹਾਈ ਕੋਰਟ ਜਾਂਦਾ ਉਹਦੀ ਕੁੜੀ ਤਾਂ ਕਹ ਰਹੀ ਹੈ ਅਗਵਾ ਹੋ ਗਿਆ ਵੀ ਅਗਵਾ ਕਿੱਥੇ ਹੋ ਗਿਆ 200 ਬੰਦੇ ਦੇ ਸਾਹਮਣੇ ਉਹ ਗ੍ਰਿਫਤਾਰ ਹੋਇਆ ਤੇ ਅਗਵਾ ਕਿੱਥੇ ਹੋ ਗਿਆ ਵੀਡੀਓ ਬਣਾਉਂਦਾ ਸੀ ਪਿਆ ਤੇ ਅਗਵਾ ਕਿੱਥੋਂ ਹੋ ਗਿਆ ਮਾਈਏ ਹੈ ਤੇਰਾ ਵੀ ਜਿਹੜਾ ਕੰਮ ਹੈ ਜਿਹੜਾ ਨਾ ਇੱਕ ਵੀ ਠੀਕ ਨਹੀਂ ਮਾਈਏ ਅੱਛਾ ਜੀ ਅਗਲੀ ਖਬਰ ਤੇ ਆਜੋ ਵੱਡੀ ਖਬਰ ਹੈ ਪੀਰਨੀ ਔਰ ਮੁਰਾਦ ਸੈਦ ਦੀ ਆਡੀਓ ਸਾਰਾ ਕੋਸ਼ੀ ਵੜ ਗਿਆ ਗੱਲ ਫਿਰ ਉੱਥੇ ਆ ਗਈ 9 ਮਈ ਹਮਲਾ ਕੇਸ ਇਹ ਪੀਰਨੀ ਜਿਹੜੀ ਹੈ ਇਹ ਜਿੰਨੀ ਉਤੋਂ ਇਹ ਛੁਪਿਆ ਰੁਸਤਮ ਹੈ ਨਾ ਇਹਨੀ ਅੰਦਰੋਂ ਇਹ ਬਰਬਾਦशुदा ਔਰ ਮੁਲਕ ਦੁਸ਼ਮਣੀ ਇਸ ਮਾਇਦੇ ਅੰਦਰ ਕੁੱਟ-ਕੁੱਟ ਕੇ ਭਰੀ ਹੈ ਜਿਵੇਂ ਯੁੱਥੀਆਂ ਦੇ ਅੰਦਰ ਗਰਲਾਜ਼ਤ ਔਰ ਗੰਦਗੀ ਕੁੱਟ-ਕੁੱਟ ਕੇ ਭਰੀ ਹੈ ਨਾ ਇਸੇ ਤਰ੍ਹਾਂ ਮੁਲਕ ਦੁਸ਼ਮਣੀ ਜਿਹੜੀ ਹੈ ਉਹ ਪੀਰਨੀ ਦੇ ਅੰਦਰ ਕੁੱਟ-ਕੁੱਟ ਕੇ ਭਰੀ ਹੈ ਯਕੀਨ ਕਰਾ 9 10 11 12 4 ਦਿਨ ਪਾਕਿਸਤਾਨ ਦੇ ਉੱਤੇ ਹਮਲੇ ਹੁੰਦੇ ਰਹੇ ਕਿਉਂਕਿ ਫਿਰ ਠੋਕਟ ਕੈਦੀ ਜਾ ਕੇ 14 15 ਨੂੰ ਕਿਦਰੇ ਸ਼ੁਰੂ ਹੋਈ ਹੈ ਨਾ ਜਦੋਂ ਸ਼ਾਹ ਸਾਹਿਬ ਵਾਪਸ ਆਏ ਨੇ ਕਤਰ ਤੋਂ ਦੌਰਾ ਕਰਕੇ ਤੇ ਉਸ ਤੋਂ ਬਾਅਦ ਸਾਰਾ ਇਹ ਖਾਤਾ ਨਿਬੜਿਆ ਗਿਆ ਨਾ ਜੀ ਚਾਰ ਦਿਨ ਤੇ ਮੁਲਕ ਇਹਨਾਂ ਦੇ ਹਵਾਲੇ ਸੀ ਠੀਕ ਹੋ ਗਿਆ ਇਹ ਹੁਣ ਪੀਰਨੀ ਔਰ ਮੁਰਾਦ ਸੈਦ ਦੀਆਂ ਆਡੀਓ ਰਿਕਾਰਡਿੰਗਾਂ ਮੌਜੂਦ ਨੇ ਜਿਦੇ ਵਿੱਚ ਇਹ ਹੁਕਮਨਾਮੇ ਜਾਰੀ ਕਰ ਰਹੇ ਨੇ ਸਭ ਤੋਂ ਪਹਿਲੀ ਜਿਹੜੀ ਆਡੀਓ ਰਿਕਾਰਡਿੰਗ ਉਹ ਪੀਰਨੀ ਦੀ ਹੈ ਔਰ ਜਿਹੜਾ ਸਭ ਤੋਂ ਪਹਿਲਾ ਉਹ ਹੁਕਮ ਉਹਨੇ ਜਾਰੀ ਕੀਤਾ ਫੋਨ ਕਰਕੇ ਉਹ ਯਾਸਮੀਨ ਰਾਸ਼ਦ ਨੂੰ ਕੀਤਾ ਕਿਉਂਕਿ ਯਾਸਮੀਨ ਰਾਸ਼ਦ ਤੇ ਦੋ ਦਿਨ ਤੋੜ-ਫੋੜ ਕਰ-ਕਰ ਕੇ ਬੁੱਢੀ ਮਾਈ ਸੀ ਜਿੰਨਾ ਉਹਦੇ ਕੋਲ ਸੜਦਾ ਸੀ ਜਿੰਨਾ ਉਹਨਾਂ ਕੋਲ ਤੋੜ-ਫੋੜ ਉਹਦੇ ਕੋਲ ਹੁੰਦੀ ਸੀ ਜਿੰਨੀ ਉਹਦੇ ਕੋਲ ਜ਼ਰੂਰਤ ਸੀ ਉਹ ਤੇ ਕਰ ਗਈ ਜਾ ਕੇ ਥੱਕ ਕੇ ਡੱਗੀ ਘਰ ਬਸ ਦੋ ਦਿਨ ਮੁਸلسل ਲੱਗੀ ਰਹੀ ਠੀਕ ਹੋ ਗਿਆ ਇਹ ਪਹਿਲਾ ਫੋਨ ਉਹਨੂੰ ਕਰਦੀ ਏ ਕਿ 12 ਤਰੀਕ ਨੂੰ ਕੈਂਟ ਜਿਹੜਾ ਏਰੀਆ ਉਹਨੂੰ सील ਕਰਨਾ ਹੈ ਸੀਜ਼ ਕਰਨਾ ਹੈ اور ਸੀਜ਼ ਕਰਕੇ ਤੇ ਪੂਰੇ ਕੈਂਟ ਨੂੰ ਅਗ ਲਾਣੀ ਪੂਰੇ ਕੈਂਟ ਨੂੰ ਇਹ ਕੌਣ ਕਹਿ ਰਿਹਾ ਪੀਰਨੀ ਕਹਿ ਰਹੀ ਹੈ ਯਾਸਮਿਨ ਰਾਸ਼ਦ ਨੂੰ ਔਰ ਉਹ ਅਗੋ ਗਾਰੀ ਬਾਜੀ ਮੈਂ ਥੱਕ ਗਈਆਂ ਮੈਂ ਬਹੁਤ ਘਰ ਆਈਆਂ ਮੈਂ ਬੜਾ ਕੁਝ ਸਾੜ ਆਈਆਂ ਮੈਂ ਮੈਂ ਬਿਮਾਰ ਹੋ ਗਈਆਂ ਮੇਰਾ ਧੂਆ ਵੜ ਗਿਆ ਮੇਰੇ ਕੰਨਾਂ ਚ ਨੱਕੇ ਚ ਗਲੇ ਚ ਮੈਂ ਬਿਮਾਰ ਆ ਮੈਂ ਕੈਂਸਰ ਦੀ ਮਰੀਜ਼ ਆ ਮੇਰੀ ਦਵਾਈ ਮੇਰਾ ਫਲਾ ਤੇ ਮੈਂ ਆਪਣਾ ਹਿੱਸਾ ਪਾਈਆਂ ਮੈਂ ਤੇ ਬੜਾ ਕੁਝ ਸਾੜ ਆਈਆਂ ਮੈਂ ਤੇ ਹਰ ਕੁਝ ਅੱਛਾ ਸਾੜ ਛੜੀ ਹੁਣ ਉਥੇ ਕੀ ਰਹਿ ਗਿਆ ਜਿਹੜਾ ਸੜਨ ਵਾਲਾ ਲੇਕਿਨ ਪੀਰ ਨਹੀਂ ਉਹਨੂੰ ਕਹਿ ਰਹੀਏ ਨਹੀਂ 12 ਤਰੀਕ ਨੂੰ ਪੂਰਾ ਕੈਂਟ ਸਾੜਨਾ ਤੇ ਉਹ ਅੱਗੋਂ ਬੁਲਾਂਦੀ ਰਹੀਏ ਗੱਲ ਨੂੰ ਉਹਨੇ ਹਾਂ ਨਹੀਂ ਕੀਤੀ ਉਹ ਆਂਦੀ ਮੈਂ ਆਪਣਾ ਹਿੱਸਾ ਪਾਈਆਂ ਮੈਂ ਪੂਰਾ ਕੋਰ ਕਮਾਂਡਰ ਹਾਊਸ ਤੀ ਤੋ ਸਾੜ ਦਿੱਤਾ ਤੇ ਹੋਰ ਕੀ ਸਾੜਨਾ ਉਥੇ ਤੇ ਬਾਜੀ ਤੁਸੀਂ ਰਹਿਣ ਦਿਓ ਕਿਸੇ ਹੋਰ ਨੂੰ ਕਹੋ ਉਹ ਫਿਰ 6-7 ਹੋਰ ਲੋਕਾਂ ਨੂੰ ਫੋਨ ਕਰਦੀ ਹੈ 12 11 ਨੂੰ ਦੀ ਰਾਤ ਨੂੰ ਕਿ 12 ਤਰੀਕ ਨੂੰ ਪੂਰਾ ਕੈਂਟ ਸਾੜਨਾ ਔਰ ਉਹੀ ਮੈਸੇਜ ਫਿਰ ਉਹ ਕਰਦੀ ਏ ਵਾਇਸ ਮੈਸੇਜ ਮੁਰਾਦ ਸੈਦ ਨੂੰ ਕਿ 12 ਤਰੀਕ ਨੂੰ ਪਖਤੂਨ ਹਾ ਦੇ ਵਿੱਚ ਫੌਜ ਦੀਆਂ ਜਿੰਨੀਆਂ ਤੰਸੀਬਾਤ ਨੇ ਉਹ ਫਿਰ ਸਾੜਨੀਆਂ ਨੇ ਜਿਹੜੀਆਂ ਰਹਿ ਗਈਆਂ ਨੇ ਜਿਹੜੀਆਂ ਹਜੇ ਨਹੀਂ ਤਰੁੱਟੀਆਂ ਜਿਹੜੀਆਂ ਹਜੇ ਤੁਸਾਂ ਤਬਾਹ ਨਹੀਂ ਕੀਤੀਆਂ ਉਹ ਹਜੇ ਤਰੋੜਨੀਆਂ ਨੇ ਏ ਪੀਰਨੀ ਕਹਿ ਰਹੀ ਏ ਔਰ ਕਹਿਣ ਵਾਲੇ ਕਹਿੰਦੇ ਨੇ ਕਿ ਸਾਈਆਂ ਕੋਲ ਮजूद ਹੈ ਅਰਸ਼ ਹੈ ਤੇ ਮੈਂ ਇਸ ਤੋਂ ਕਹਿ ਰਿਹਾ ਮੈਂ ਪੀਰਨੀ ਜਿੰਨੀ ਉਤੋਂ ਛੁਪੀ ਰੁਸਤਮ ਹੈ ਨਾ ਅੰਦਰੋਂ ਓਨੀ ਹੀ ਉਹ ਗੰਦੀ ਆ ਤੇ ਹਰਾਨਗੀ ਜਿਹੜੀ ਮੈਂ ਅਜ ਤੱਕ ਆਉਂਦੀ ਏ ਬਸ ਪੀਰਨੀ ਅਜੇ ਤੱਕ ਗ੍ਰਸਤਾਰ ਨਹੀਂ ਪੀਉਂਦੀ ਜਿਹੜੀਆਂ ਦੀ ਵੀ ਵਾਰ 12 ਤਰੀਕ ਨੂੰ ਪੂਰਾ ਲਾਹੌਰ ਕੈਂਟ ਸਾੜ ਦੇਣਾ ਨਿਰਕੋਰ ਕੁਮਾਰ ਦੇ ਘਰ ਦਾ ਸਾੜਨ ਨਾਲ ਮੇਰਾ ਸੀਨਾ ਠੰਡਾ ਨਹੀਂ ਹੋਇਆ ਅਰਾਂ ਗੀ ਨਹੀਂ ਮੁੰਮਿਠਿਆ ਦਿੱਤੇ ਬਈ ਇਹ ਮੌਜੂਦ ਨੇ ਸਾਰੀਆਂ ਆਡੀਓ ਉਹਨਾਂ ਦੀ ਇਹ ਮੇਰਾ ਅਜੇ ਕਲੇਜੇ ਹੀ ਨਹੀਂ ਠੰਡਾ ਹੋਇਆ ਇੱਕ ਜਨਾਬ ਸੜ ਗਿਆ ਤੇ ਕੀ ਹੋ ਗਿਆ ਤੇ ਕੁਝ ਵੀ ਨਹੀਂ ਪੂਰਾ ਕੈਂਟ ਸਾੜੋ ਰਸੀਲ ਕਰੋ ਪਹਿਲੇ ਉਹਨੂੰ ਸੀਲ ਕਰਕੇ ਪੂਰਾ ਕੈਂਟ ਸਾੜੋ ਤਾਂ ਮੇਰਾ ਕਲੇਜਾ ਠੰਡਾ ਹੁੰਦਾ ਇਹ ਪੀਰਨੀ ਕਹਿ ਰਹੀ ਹੈ ਯਾਸਮਿਨ ਰਾਸ਼ਿਦ ਨੂੰ ਤੇ ਸਾਇੰਸ ਦੇ ਵਿੱਚ ਇਹ ਬੇਬੇ ਕਜ ਤੱਕ ਪੀਰ ਨਹੀਂ ਗ੍ਰਫਤਾਰ ਨਹੀਂ ਪੀ ਹੁੰਦੀ ਸ਼ਾਹ ਜੀ ਮੈਨੂੰ ਅਫਸੋਸ ਬੜਾ ਹੁੰਦਾ ਯਕੀਨ ਕਰੋ ਡਾਡ ਅਫਸੋਸ ਹੁੰਦਾ ਹੈ ਲੇਕਿਨ ਜ਼ਹਰੀ ਗੱਲ ਹੈ ਤੁਸੀਂ ਵੱਡੇ ਲੋਗ ਹੋ ਫੈਸਲਾ ਵੱਡਿਆਂ ਨੇ ਕਰਨਾ ਅਸਾਂ ਤੇ ਵੱਡਿਆਂ ਦੇ ਫੈਸਲੇ ਹੀ ਕਬੂਲ ਕਰ ਰਹੇ ਨੇ ਨਾ ਜੀ ਅਸਾਂ ਸਾਡੇ ਕੋਲ ਤਾਂ ਕੋਈ اختیار ਨਹੀਂ ਨਾ ਬੇ ਆ ਕੇ ਤੇ ਅਸੀਂ ਪੀਰ ਨਹੀਂ ਕੋਲੋਂ ਹਿਸਾਬ ਲਈਏ ਹੁਣ ਤੋਂ ਇਹ ਟਾਏ ਕੀ ਆ ਜਾ ਜ਼ਰਾ ਚਲਿਏ ਤੇਰਾ ਕਲੇਜਾ ਠੰਡਾ ਕਰੀਏ ਤੇਨੂੰ ਕੋ ਪੈਪਸੀ ਸ਼ੈਪਸੀ ਪੀ ਆਈਏ ਠੀਕ ਹਨ ਬੜਾ ਗੰਦਾ ਤੰਦਾ ਕਹਿੰਦੀ ਹੈ ਪਈ ਵਾ ਪੂਰਾ ਕੈਂਟ ਸਾੜਨਾ 12 ਤਰੀਕ ਨੂੰ ਔਰ ਇਹੋ ਹੁਕਮ ਜਿਹੜਾ ਉਹ ਜਾਰੀ ਕਰਦੀ ਹੈ ਮੁਰਾਦ ਸੈਦ ਨੂੰ ਰਿਕਾਰਡਿੰਗ ਮੌਜੂਦ ਹੈ ਤੇ ਮੁਰਾਦ ਸੈਦ ਕਹਿੰਦਾ ਮੈਡਮ ਗੱਲ ਹੀ ਕੋਈ ਨਹੀਂ ਹੁਣੇ ਸਾੜ ਦੇਣੇ ਐਸੀ ਕਿਹੜੀ ਬਾਤ ਅੱਗੇ ਅਸਾਂ ਸਾਰਾ ਕੁਝ ਸਾੜ ਦਿੱਤਾ ਤਾਂ ਜਿਹੜੀਆਂ ਚਾਰ ਚੀਜ਼ਾਂ ਰਹਿ ਗਈਆਂ ਫੌਜ ਦੀਆਂ ਉਹ ਵੀ ਸਾੜ ਦੇਣੇ ਆ ਔਰ ਉਹਨਾਂ ਫਿਰ ਸਾੜੀਆਂ ਸਬੂਤ ਮੌਜੂਦ ਨੇ ਕਾਲਾ ਮੌਜੂਦ ਨੇ ਤੇ ਕਈ ਆ ਹਸਨ ਸਰਾਰੀ ਹਰੋਨ ਰਸ਼ੀਦਰੀ ਸਾਬਰੇ ਸ਼ਾਕਰੀ ਹਰੀ ਅਬਦੁਲ ਹਮੀਦ ਫੱਟੀ ਅਰਸ਼ਾਦ ਫੱਟੀ ਇਹ ਕਹਿੰਦੇ ਨੇ ਜੀ ਲੈਵਲ ਪਲੇਇੰਗ ਫੀਲਡ ਨਹੀਂ ਵੀ ਮਿਲਦੀ ਤੁਸੀਂ ਦੇ ਦਿਓ ਨਾ ਉਹ ਸਾਰਿਆਂ ਨੂੰ ਇੱਕ ਇੱਕ ਆਪਣੀ ਤੇ ਲੈਵਲ ਫੇ ਪਲੇਇੰਗ ਫੀਲਡ ਬਣਾ ਲਓ ਸ਼ਾਹ ਜੀ ਰੰਗਾਂ ਦਾ ਤੇਜ਼ ਕਰੋ ਤੁਹਾਡੀ ਮਿਹਰਬਾਨ ਬਹੁਤ ਸ਼ੁਕਰੀਆ